ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਭਿੰਡੀ ਦੀ ਫਸਲ ਤੋਂ ਆਪਾਂ ਵਧੀਆ ਝਾੜ ਕਿਸ ਤਰ੍ਹਾਂ ਲੈ ਸਕਦੇ ਹਾਂ ਕਿਉਂਕਿ ਜ਼ਿਆਦਾਤਰ ਕਿਸਾਨ ਵੀਰ ਆ ਜਿਹੜੇ ਕਮਰਸ਼ੀਅਲ ਤੌਰ ਤੇ ਭਿੰਡੀ ਦੀ ਫਸਲ ਲਾਉਂਦੇ ਆ ਤੇ ਸੌਣੀ ਦੀ ਰੁੱਤ 'ਚ ਜਾਂ ਬਹਾਰ ਦੀ ਰੁੱਤ 'ਚ ਹੁਣ ਜਦੋਂ ਅ ਦੋ ਤਿੰਨ ਵਾਰੀ ਪਿੰਡੀ ਲੱਗਦੀ ਫਰਵਰੀ ਚ ਵੀ ਲਾ ਸਕਦੇ ਆ ਮਾਰਚ ਅਪ੍ਰੈਲ ਚ ਵੀ ਲੱਗਦੀ ਆ ਫਿਰ ਜਿਹੜੀ ਮੌਨਸੂਨ ਵਾਲੀ ਆ ਉਹ ਜੂਨ ਜੁਲਾਈ ਦੇ ਵਿੱਚ ਜਾ ਕੇ ਜਿਹੜੀ ਪਿੰਡੀ ਲਾਈ ਜਾਂਦੀ ਆ ਤੇ ਇਹ ਤੋਂ ਵਧੀਆ ਕਿਸਾਨ ਵੀ ਜਿਹੜਾ ਪ੍ਰੋਫਿਟ ਲੈਂਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹਨੂੰ ਬਿਮਾਰੀਆਂ ਤੋਂ ਕੀੜੇ ਮਕੌੜੇ ਤੋਂ ਬਚਾ ਕੇ ਤੇ ਵਧੀਆ ਫਲ ਫੁੱਲ ਆਪਾਂ ਲਈਏ ਤਾਂ ਕਿ ਪੂਰਾ ਵਧੀਆ ਝਾੜ ਮਿਲੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਾਬੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੀ ਪਹੁੰਚਦੀ ਰਹੇ ਜੇ ਫੇਸਬ ਕਿਸਾਨ ਵੀਰੋ ਜਿਹੜੀ ਸਬਜ਼ੀਆਂ ਦੀ ਫਸਲ ਹੈ ਤੁਹਾਨੂੰ ਪਤਾ ਕਿ ਇਹਨਾਂ ਦੇ ਵਿੱਚ ਜਿਹੜੀਆਂ ਅਨਾਜ ਵਾਲੀਆਂ ਫਸਲਾਂ ਨੇ ਉਹਨਾਂ ਨਾਲੋਂ ਸਬਜ਼ੀਆਂ ਦੇ ਵਿੱਚ ਸਪਰੇਅ ਆਪਾਂ ਨੂੰ ਜ਼ਿਆਦਾ ਕਰਨੇ ਪੈਂਦੇ ਚਾਹੇ ਉਹ ਕੀੜੇ ਮਕੌੜੇ ਵਾਲਾ ਜਾਂ ਬਿਮਾਰੀ ਵਾਲਾ ਜਾਂ ਖਾਸ ਤੌਰ ਤੇ ਵਾਧੇ ਵਾਲੀਆਂ ਸਪਰੀਆਂ ਫਲ ਫਲ ਵਾਲੀਆਂ ਸਪਰੀਆਂ ਉਹ ਆਪਾਂ ਨੂੰ 2-3 ਲਾਜ਼ਮੀ ਕਰਨੀਆਂ ਹੀ ਪੈਂਦੀਆਂ ਨੇ ਇਸ ਕਰਕੇ ਇਹ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਮਿਹਨਤ ਵਾਲੀ ਫਸਲ ਹੈਗੀ ਹੈ ਤਾਂ ਹੀ ਕਰਕੇ ਜਿਹੜੀਆਂ ਸਬਜ਼ੀਆਂ ਦੀ ਕਾਸ਼ਤ ਆ ਉਹ ਜ਼ਿਆਦਾਤਰ ਕਿਸਾਨ ਵੀਰ ਉਹ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਮਿਹਨਤ ਜ਼ਿਆਦਾ ਪੈਂਦੀ ਬਾਅਦ ਚ ਮਾਰਕੀਟਿੰਗ ਦੀ ਵੀ ਜਿਹੜੀ ਹੈਗੀ ਆਪਾਂ ਨੂੰ ਕਾਫੀ ਮੁਸ਼ਕਲਤ ਕਰਨੀ ਪੈਂਦੀ ਹੈ ਸੋ ਜੇ ਆਪਾਂ ਗੱਲ ਕਰੀਏ ਬਜਾਈ ਸਮੇਂ ਜਿਵੇਂ ਆਪਾਂ ਖਾਦਾਂ ਪਾਈਆਂ ਨੇ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਜਿੱਥੇ ਆਪਾਂ ਕਾਸ਼ਤ ਕਰਦੇ ਵਾਦ ਤੋਂ ਵਾਦ ਰੂੜੀ ਜਿੰਨੇ ਆਪਾਂ ਪਾ ਸਕੀਏ ਉਹ ਆਪਾਂ ਨੂੰ ਪਾਉਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਫਿਰ ਜਿਹੜੀ ਹੈਗੀ ਆ ਨਾਈਟ੍ਰੋਜਨ ਆ ਜਿਹੜੀ ਯੂਰੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਤਕਰੀਬਨ ਦਰਮਿਆਨੀ ਜ਼ਮੀਨ ਦੇ ਵਿੱਚ 80 ਕਿਲੋ ਯੂਰੀਆ ਟੋਟਲ ਆਪਾਂ ਪਾਉਣੀ ਹੁੰਦੀ 40 ਕਿਲੋ ਬਜਾਈ ਟਾਈਮ ਤੇ 40 ਕਿਲੋ ਆਪਾਂ ਪਹਿਲੀ ਤੜਾਈ ਲੈਣ ਅਪਰੰਤ ਜਿਹੜੀ ਹੈਗੀ ਯੂਰੀਆ ਪਾ ਸਕਦੇ ਹਾਂ ਡੀਏਪੀ ਪोटाश ਆ ਜਿਹੜਾ ਉਹ ਵੀ ਤੁਸੀਂ ਸੋਇਲ ਟੈਸਟ ਬੇਸ ਤੇ ਪਾ ਸਕਦੇ ਆ ਪਰ ਜ਼ਰੂਰਤ ਅਨਸਾਰ ਪਾਉਣੀ ਜ਼ਰੂਰ ਚਾਹੀਦੀ ਹੈਗੀ ਆ ਤਾਂ ਕਿ ਫਾਸਫੋਰਸ ਤੇ ਪोटाश ਤੱਤ ਵੀ ਪੂਰਾ ਮਿਲੇ ਉਦੋਂ ਬਾਅਦ ਗੱਲ ਆ ਗਈ ਵਾਦੇ ਦੀ ਵਾਦੇ ਵਾਸਤੇ ਕਿਸਾਨ ਵੀਰੋ ਆਪਾਂ ਨੂੰ ਜਦੋਂ ਲਗਭਗ ਗਠ-ਗਠ ਦੀ ਫਸਲ ਹੋ ਜਾਵੇ ਤਾਂ ਉਦੋਂ ਬਾਅਦ ਆਪਾਂ ਨੂੰ ਜਿਹੜੀ ਸਪਰੇ ਵਾਦੇ ਵਾਲੇ ਕਰਨੇ ਪੈਣੇ ਆ ਉਹਦੇ ਵਿੱਚ ਆਪਾਂ ਇੱਕ ਤਾਂ ਐਨਪੀਕੇ 19 19 ਜਾਂ 20 20 ਉਹਦੀ ਸਪਰੇ ਤਾਂ ਕਿ ਜਿਹੜੀ ਫਸਲ ਆ ਉਹਨੂੰ ਬੈਲੈਂਸ ਤੱਤ ਜਿਹੜੇ ਹੈਗੇ ਸਪਰੇ ਦੇ ਰੂਪ ਚ ਆਪਾਂ ਨੂੰ ਦੇਣੇ ਜ਼ਰੂਰੀ ਹੈ ਫਿਰ ਜਿਹੜਾ ਹੁਣ ਕਿਉਂਕਿ ਉੱਚ ਤਾਪਮਾਨ ਹੁੰਦਾ ਇਸ ਕਰਕੇ ਪਾਣੀ ਵੀ ਆਪਾਂ ਨੂੰ ਹਫਤੇ ਚ ਇੱਕ ਵਾਰ ਜਾਂ ਜੇ ਜ਼ਿਆਦਾ ਤੁਹਾਨੂੰ ਲੋਡ ਮਹਿਸੂਸ ਹੁੰਦੀ ਤਾਂ 3-4 ਦਿਨ ਬਾਅਦ ਜਿਹੜਾ ਪਾਣੀ ਉਹ ਫਸਲ ਨੂੰ ਜ਼ਰੂਰ ਲਾਉਣਾ ਚਾਹੀਦਾ ਫਿਰ ਉਹਦੇ ਵਿੱਚ ਤੁਸੀਂ ਗਰੋਥ ਵਾਸਤੇ ਅਮੀਨੋ ਐਸਿਡ ਜਾਂ ਜਿਹੜਾ ਸੀਵੀਡ ਐਕਸਟ੍ਰੈਕਟ ਆ ਕਿਉਂਕਿ ਉਹਦੇ ਵਿੱਚ ਵੀ ਗਾਂ ਅਮੀਨੋ ਐਸਿਡ ਹੀ ਹੁੰਦੇ ਆ ਉਦੇ ਵਿੱਚ ਖਾਸ ਤੌਰ ਤੇ ਉਸਾ ਗਾਰੀਕਾ ਜਿਹੜੀ ਫਕੋਦੀ ਆਉਂਦੀ ਹੈ ਉਹਦੀ ਸਪਰੇ ਤੁਸੀਂ ਇੱਕ ਤੋਂ ਦੋ ਸਪਰੇ ਕਰੋਗੇ ਤਾਂ ਤੁਸੀਂ ਗ੍ਰੋਥ ਤੇ ਬੂਟਿਆਂ ਦੀ ਜਿਹੜੀ ਦਿੱਖ ਹੈ ਉਹਦੇ ਵਿੱਚ ਬਹੁਤ ਫਰਕ ਪੈਂਦਾ ਫਿਰ ਆ ਗਈ ਗੱਲ ਜਦੋਂ ਫੁੱਲ ਚੱਕਣੇ ਸ਼ੁਰੂ ਕਰਨੇ ਬੂਟਿਆਂ ਨੇ ਉਸ ਟਾਈਮ ਸਪਰੇ ਕਿਸਾਨ ਵੀਰੋ 13045 ਆਪਾਂ ਕਰਨੀ ਹੀ ਕਰਨੀ ਹੈ ਡੇਢ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 13045 ਇੱਕ ਤੋਂ ਦੋ ਸਪਰੇयां ਤੁਸੀਂ ਕਰੋਗੇ ਤਾਂ ਨਾਲ ਦੀ ਨਾਲ ਫੁੱਲ ਆਈ ਜਾਣਗੇ ਨਾਲ ਦੀ ਨਾਲ ਫਲ ਆਈ ਜਾਣਗੇ ਨਾਲ ਦੀ ਨਾਲ ਫਸਲ ਵਾਧਾ ਕਰੀ ਜਾਊਗੀ ਬੂਟੇ ਪੂਰੇ ਜਿਹੜੇ ਭਰੇ ਰਹਿਣਗੇ ਫਲਾਂ-ਬੁੱਲਾਂ ਦੇ ਨਾਲ ਤਾਂ ਇਹ ਸਪ੍ਰੇਆਂ ਨੇ 2 ਤੋਂ 3 ਇਹ ਆਪਾਂ ਨੂੰ ਲਾਜ਼ਮੀ ਕਰਨੀਆਂ ਹੀ ਕਰਨੀਆਂ ਐਨਪੀਕੇ ਦੀ ਇੱਕ ਪਹਿਲਾਂ ਸਪ੍ਰੇ ਫਿਰ ਤੁਸੀਂ ਜਿਹੜੀ ਸਾਗਾਰਿਕਾ ਜਾਂ ਹੋਰ ਗ੍ਰੋਥ ਵਾਸਤੇ ਜਿਹੜੇ ਅਮੀਨੋ ਐਸਿਡ ਵਗੈਰਾ ਉਹ ਕਿਉਂਕਿ ਇਹਨੂੰ ਖਰਾਕ ਦੀ ਜਿਹੜੀ ਹੈਗੀ ਜ਼ਰੂਰਤ ਹੁੰਦੀ ਕਿਉਂਕਿ ਫਲ ਲਗਾਤਾਰ ਜਿਹੜਾ ਆਈ ਜਾਣਾ ਬੂਟਿਆਂ ਤੇ ਤੇ ਫਿਰ ਜਿਹੜੀ ਹੈਗੀ ਆਪਾਂ ਐਨਪੀਕੇ 13-0-45 ਸਪਰੇ ਕਰ ਸਕਦੇ ਆ ਇਹਦੇ ਨਾਲ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲੂਗਾ ਕੀੜੇ ਮਕੌੜਿਆਂ ਦੇ ਵਿੱਚ ਖਾਸ ਤੌਰ ਦੇ ਵਿੱਚ ਰਸ ਚੂਸ ਕੀੜੇ ਤੇਲਾ ਚੇਪਾਉ ਆਉਂਦੇ ਆ ਚਿੱਟਾ ਮੱਛਰ ਵੀ ਪੈ ਸਕਦਾ ਚਿੱਟੀ ਮੱਖੀ ਜਿਹੜੀ ਹੁੰਦੀ ਹੈ ਕਿਉਂਕਿ ਉਹਦੇ ਨਾਲ ਵਾਇਰਸ ਵੀ ਕਈ ਵਾਰ ਪਿੰਡੀ ਦੇ ਵਿੱਚ ਆ ਜਾਂਦੀ ਉਹਨਾਂ ਤੋਂ ਬਚਾਅ ਬੜਾ ਜ਼ਰੂਰੀ ਹੈ ਉਹਦੇ ਵਾਸਤੇ ਤੁਸੀਂ ਕਨਫੀਡੋਰ 40 ਤੋਂ 50 ਮਿਲ ਜਾਂ 1 ਕਟਾਰਾ ਜਿਹੜੀ ਥਾਇਮਥਾਕਸਮਾ 25% ਉਹ ਤੁਸੀਂ 40 ਤੋਂ 50 ਗ੍ਰਾਮ ਜਿਹੜੀ ਵੱਤ ਸਕਦੇ ਆ ਜਾਂ ਜਿਹੜੀ ਹੈਗੀ ਆ ਤੁਸੀਂ ਜੇ ਸੁੰਡੀ ਦੀ ਸਮੱਸਿਆ ਆਉਂਦੀ ਆ ਤਾਂ ਫਿਰ ਤੁਸੀਂ ਜਿਹੜੀ ਹੈਗੀ ਆ ਜੱਤਕਬਰੀ ਸੁੰਡੀ ਖਾਸ ਤੌਰ ਤੇ ਆਰਮੀ ਵਰਮੇ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਤੁਸੀਂ ਐਮਐਮੈਕਟਨ ਬੈਂਜੂਏਟ ਪ੍ਰੋ ਕਲੇਮ ਜਿਹੜੀ 70 ਗ੍ਰਾਮ ਪ੍ਰਤੀ ਏਕੜ ਉਹਦੀ ਵਰਤੋਂ ਕਰ ਸਕਦੇ ਜਾਂ ਫਿਰ ਪ੍ਰੋਫੀਨੋ ਫਾਸਪਲਸ ਹਾਈਪਰਮੈਥ੍ਰਿਨ ਜਾਂ ਕਲੋਰੋਪਲਸ ਹਾਈਪਰ ਉਹਦੀ ਤੁਸੀਂ ਸਪਰੇ ਜਿਹੜੀ ਹੈਗੀ ਜਰੂਰਤ ਅਨੁਸਾਰ ਕਰ ਸਕਦੇ ਪਰ ਖਿਆਲ ਇਹ ਰੱਖਣਾ ਰੱਖਣਾ ਕਿ ਜੇ ਤੂੰ ਸਪਰੇ ਕੀਤੀ ਆ ਤਾਂ ਕਟੋ-ਕਟ ਜਿਹੜੀ 2-4 ਦਿਨ ਆਪਾਂ ਨੂੰ ਫਲ ਨਹੀਂ ਜਿਹੜਾ ਹੈਗਾ ਤੋੜਿਆ ਜਾਣਾ ਇਹ ਗੱਲ ਦਾ ਖਿਆਲ ਰੱਖਣਾ ਜੇ ਤੋੜੋਗੇ ਤਾਂ ਉਹ ਜਿਹੜੇ ਹੈਗੇ ਰੈਜ਼ਿਡਿਊ ਆਉਂਦੇ ਤੇ ਜਿਹੜੇ ਇਹਨੂੰ ਵਰਤਦੇ ਐ ਜਿਹੜਾ ਸਬਜੀ ਦੇ ਤੌਰ ਤੇ ਤਾਂ ਉਹਨਾਂ ਦੀ ਜਿਹੜੀ ਸਿਹਤ ਤੇ ਪ੍ਰਭਾਵ ਪੈ ਸਕਦਾ ਜਲਦੀ ਨਹੀਂ ਆਪਾਂ ਤੋੜਨਾ ਹੈਗਾ ਫਿਰ ਜੇ ਉੱਲੀ ਰੋਗਾਂ ਤੋਂ ਵੀ ਆਪਾਂ ਨੂੰ ਬਚਾਏ ਦਾ ਜ਼ਰੂਰੀ ਹੈ ਉੱਲੀ ਰੋਗਾਂ ਵਾਸਤੇ ਤੁਸੀਂ ਜਿਹੜਾ ਹੈਗਾ ਜਦੋਂ ਐਨਪੀ ਕੇ ਸਪਰੇਅ ਕਰਨੀ ਉਹਦੇ ਨਾਲ ਵੀ ਤੁਸੀਂ ਐਮ 45 ਜਾਂ 1263 ਕਾਰਬਨ ਡਾਈਆਮ ਪਲੱਸ ਮੈਨ ਕੋਜ ਉਹਦੀ ਆਪਾਂ ਵਰਤੋਂ ਕਰ ਸਕਦੇ ਹਾਂ ਤਾਂ ਕਿ ਜਿਹੜਾ ਉੱਲੀ ਰੋਗ ਤੋਂ ਰਹਿਤ ਫਸਲ ਰਵੇ ਉੱਲੀ ਰੋਗ ਤੋਂ ਰਹਿਤ ਰਹੂਗੀ ਤਾਂ ਫਿਰ ਫਸਲ ਦੇ ਉੱਤੇ ਫਲ ਫੁੱਲ ਤੇ ਝਾੜ ਪੂਰੇ ਵਧੀਆ ਰਹਿਣਗੇ ਸੋ ਇਹ ਸਪਰੇਆ ਨੇ ਕਿਸਾਨ ਵੀਰੋ ਜ਼ਰੂਰ ਅਨੁਸਾਰ ਕਿਉਂਕਿ ਐਨਪੀਕੇ ਚਾਹੇ ਤੁਸੀਂ ਗਰੋਥ ਕੋਈ ਜਿਹੜੇ ਹੈਗੇ ਹੈ ਮਾਈਨੋ ਐਸਿਡ ਦੀ ਸਪਰੇ ਕਰਨੀ ਜਾਂ ਐਨਪੀਕੇ 13 0 45 ਕਰਨੀ ਉਹਦੇ ਨਾਲ ਤੁਸੀਂ ਉੱਲੀ ਨਾਸ਼ਕ ਬੇਫਿਕਰ ਹੋ ਕੇ ਕਰ ਸਕਦੇ ਹੋ ਕੀਟਨਾਸ਼ਕ ਆਪਾਂ ਵੱਖਰੇ ਤੌਰ ਤੇ ਜਿਹੜੀ ਸਪਰੇ ਕਰਨੀ ਹੈ ਜਿਹਦੇ ਬਾਅਦ ਜ਼ਰੂਰਤ ਅਨੁਸਾਰ ਰਸ ਚੂਸ ਕੀੜੇ ਵਾਲੀਆਂ ਸਪਰੇਆਂ ਇੱਕ ਤੋਂ ਦੋ ਤੁਨੋਂ ਕਰਨੀਆਂ ਪੈਣੀਆਂ ਜਾਂ ਸੁੰਡੀ ਵਾਲੀ ਸਪਰੇਅ ਇੱਕ ਜਾਂ ਦੋ ਤੁਹਾਨੂੰ ਜ਼ਰੂਰਤ ਪਊਗੀ ਬਾਲੀ ਨਹੀਂ ਫਰਕ ਜਿਹੜਾ ਹੈਗਾ ਜ਼ਰੂਰਤ ਪੈਂਦੀ ਹੋਰ ਕੋਈ ਸਵਾਲ ਹੋਵੇ ਸੁਝਾਅ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ